ਤੁਸੀਂ ਸਤਗੁਰਵਦਾਸ ਮਹਾਰਾਜ ਦੀ ਕੌਲ ਨੂੰ ਟਾਰਗੇਟ ਕੀਤਾ ਸਤਗੁਰ ਬਾਦਵੀਕ ਮਹਾਰਾਜ ਦੀ ਕੌਲ ਨੂੰ ਟਾਰਗੇਟ ਕੀਤਾ ਜੁਲਾਹਾਂ ਦੀ ਕੌਲ ਨੂੰ ਟਾਰਗੇਟ ਕੀਤਾ ਤੁਸੀਂ ਨੀਰੂ ਬਾਜਵਾ ਧਿਆਨ ਨਾਲ ਸੁਣ ਲੈ ਔਰ ਜਿਹਨੇ ਇੱਕ ਕਹਾਣੀ ਲਿਖੀ ਆ ਉਹ ਵੀ ਧਿਆਨ ਨਾਲ ਸੁਣ ਲਵੇ ਔਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਸੁਨੀਲ ਜਾਖੜ ਆ ਜਿਹੜਾ ਸੁਨੀਲ ਜਾਖੜ ਆ ਪਹਿਲਾ ਪੰਜਾਬ ਦੇ ਵਿੱਚ ਉਹਨੇ ਗੱਲ ਇਹ ਸ਼ੁਰੂ ਕੀਤੀ ਆ ਕੇ ਪੈਰਾਂ ਦੀ ਇਹ ਸੁਨੀਲ ਜਾਖੜ ਦੀ ਜਿਹੜੀ ਕਹੀ ਹੋਈ ਗੱਲ ਨੀਰੂ ਬਾਜਵਾ ਨੇ ਵਿੱਚ ਐਡ ਕੀਤੀ ਆ ਕਿ ਜਿਹੜੀ ਪੈਰਾਂ ਦੀ ਜੁੱਤੀ ਆ ਉਹਨੂੰ ਤੁਸੀਂ ਸਿਰ ਤੇ ਬਿਠਾ ਲਿਆ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਉਸ ਵੇਲੇ ਸੁਨੀਲ ਜਾਖੜ ਨੇ ਗੱਲ ਕਹੀ ਆ ਸੁਨੀਲ ਜਾਖੜ ਦੇ ਨਾਲ ਮੈਨੂੰ ਇਦਾਂ ਲੱਗਦਾ ਆ ਕਿ ਇਹਨਾਂ ਸਾਰਿਆਂ ਨੇ ਰਲ ਕੇ ਜਿਹੜੀ ਆ ਉਹਦੇ ਵਿੱਚ ਸਾਰੇ ਜੱਟ ਲੈ ਗਏ ਆ ਵੀਡੀਓ ਦੇ ਵਿੱਚ ਹੋ ਸਕਦਾ ਕੋਈ ਹੋਣਾ ਉਪਰ ਕਾਸਟ ਹੀ ਆ ਸਾਰੇ ਇਨਾ ਸਾਰਿਆਂ ਨੇ ਰਲ ਕੇ ਸਨੀਰ ਜਾਖੜ ਦੇ ਕਹੰਟੇ ਫਿਲਮ ਦਾ ਨਾਮ ਬੂਹੇਵਾਰੀਆਂ ਅੱਛਾ ਕੀ ਗੱਲ ਉੱਚੀ ਜਾਤ ਵਾਲਿਓ ਤਣਾੜੋ ਬਾਰੀ ਗਰੀਬਾਂ ਬਾਨੀ ਖੁੱਲਦੀ ਆ ਤਾਂ ਜੇ ਗਰੀਬਾਂ ਨੇ ਤੁਹਾਡੇ ਬਾਨ ਨੂੰ ਖੋਲ ਦਿੱਤੀ ਹਵਾ ਬੜੀ ਆਉਣੀ ਆ ਜਲ ਕੀ ਪੀਤ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਹਰ ਇੱਕ ਔਰਤ ਦੇ ਅੰਦਰ ਕਾਮ ਵਰਤੀਆ ਹਰਕ ਮਨੁੱਖ ਦੇ ਅੰਦਰ ਕਾਮ ਵਰਤੀਆ ਗੁਰੂ ਸਾਹਿਬ ਕਹ ਰਹੇ ਆ ਖੂਨ ਤੋਂ ਕਾਮ ਬਣਦਾ ਜੇ ਇਹਨਾਂ ਨੇ ਵਾਰੀਆਂ ਖੋਲ੍ਹ ਦਿੱਤੀਆਂ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣੇ ਕਦੀ ਤੁਸੀਂ ਗਾਣੇ ਕੋਈ ਲਿਖਦੇ ਆ ਕਦੀ ਕੋਈ ਗਾਣੇ ਲਿਖਦੇ ਆ ਸ਼ਰਮ ਦਾ ਘਾਟਾ ਨਹੀਂ ਹੈਗਾ ਤੁਹਾਨੂੰ ਡੁੱਬ ਕੇ ਨਹੀਂ ਮਰ ਜਾਂਦੇ ਤੁਸੀਂ ਸਰੀਰ ਜਾਖੜ ਦੇ ਨਾਲ ਰਲ ਕੇ ਤੁਸੀਂ ਕਹਾਣੀਆਂ ਬਣਾਉਂਦੇ ਆ ਛੱਤਰ ਚੜਦੇ ਫਿਰਦੇ ਆ ਵਿੱਚੇ ਸੁਨੀਲ ਜਾਖੜ ਤਾਂ ਵਿੱਚੇ ਤੁਸੀਂ ਪੰਜਾਬ 'ਚ ਗੰਦ ਪਾਇਆ ਹੋਇਆ ਤੁਸੀਂ ਲੋਕਾਂ ਨੇ ਤੁਹਾਨੂੰ ਸ਼ਰਮ ਦਾ ਘਾਟਾ ਹੋਇਆ ਤੁਹਾਨੂੰ ਤੁਸੀਂ ਸਤਗੁਰਵਦਾਸ ਮਹਾਰਾਜ ਦੀ ਕੋਲ ਨੂੰ ਟਾਰਗੇਟ ਕੀਤਾ ਸਤਗੁਰ ਬਾਸ ਸਤਗੁਰਵਦਾਸ ਮਹਾਰਾਜ ਦੀ ਫੋਟੋ ਲਾ ਕੇ ਤੁਸੀਂ ਟਾਰਗੇਟ ਕੀਤਾ ਇਹ ਦਰਿਆ ਹਰਕਤਾਂ ਕਰਨੋਂ ਹਟ ਜਾਓ ਫਿਰ ਮੈਂ ਕਹਿ ਰਹੇ ਹਾਂ ਇੱਕ ਸਾਡੀ ਭੈਣ ਅੰਮ੍ਰਿਤਸਰ ਦੇ ਵਿੱਚ ਪੋਕਰ ਤਾਲ ਤੇ ਬੈਠੀ ਹੋਈ ਆ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਕੀ ਗੱਲ ਅੰਨਾ ਹੋਇਆ ਪ੍ਰਸ਼ਾਸਨ ਮਰ ਗਏ ਨੇ ਜਿਹੜੇ ਐਸਐਸਪੀ ਡੀਸੀ ਸਾਡੇ ਬਣੇ ਹੋਏ ਆ ਐਸਸੀ ਕੋਟੇ ਚ ਇਹਨਾਂ ਬੇਸ਼ਰਮਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੇ ਜਿਹੜਾ ਅਜੇ ਤੱਕ ਪਰਚਾ ਨਹੀਂ ਕੀਤਾ ਇਹਨਾਂ ਲੋਕਾਂ ਨੇ ਤਾਂ ਜਿਹੜੇ ਆਪਣੇ ਆਪ ਨੂੰ ਪ੍ਰਕਾਸ਼ ਸਮਝੇ ਨਹੀਂ ਉਹਨਾਂ ਦੇ ਵੀ ਘਰਤੀਆਂ ਪੈਣਾ ਆ ਉਹਨਾਂ ਨੂੰ ਵੀ ਡੁੱਬ ਕੇ ਮਰ ਜਾਣਾ ਚਾਹੀਦਾ ਸਿਰ ਤੇ ਪੱਗਾ ਬਨੀਆਂ ਹੋਈਆਂ ਤੁਹਾਡੇ ਕੋਈ ਤੁਹਾਡਾ ਖੂਨ ਨਹੀਂ ਖੋਲਦਾ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਗੰਦ ਪਾਇਆ ਹੋਇਆ ਹੈ ਨਾ ਲੋਕਾਂ ਨੇ ਫਿਰ ਫੂਲਨ ਦੇਵੀ ਦੇ ਗੱਲ ਫੂਲਨ ਦੇਵੀ ਦੀ ਗੱਲ ਕਰਦੀ ਆ ਤੇਰੇ ਵਰਗੀਆਂ ਨੀਰੂ ਬਾਜਵਾ ਸੁਣ ਪੰਜਾਬ ਦੀ ਧੀ ਪੈਣਾ ਤਾ ਔਰ ਤੈਨੂੰ ਤਾਂ ਮੈਂ ਤੇਰੀ ਇੱਜ਼ਤ ਕਰ ਰਿਆ। ਨਹੀਂ ਤਾਂ ਹੁਣ ਨੂੰ ਸੁਨੀਲ ਜਾਖੜ ਵਰਗਾ ਹੁੰਦਾ ਮੈਂ ਖਲਾ ਰਿਆ ਹੋਣਾ ਸੀ। ਤੇਰੇ ਵਰਗੀਆਂ ਸਰਦੇ ਦੇ ਜਾਂਦੀ ਸੀ ਜੋ ਫੂਲਨ ਦੇਵੀ ਆਉਂਦੀ ਸੀ। ਤਾਂ ਤੇਰੇ ਵਰਗੀਆਂ ਕੁੱਤੀ ਬਣ ਕੇ ਭੌਂਕਦੀਆਂ ਸੀ। ਠਿਓਂ 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 ਨੀਰੂ ਬਾਜਵਾ। ਤੂੰ ਗੱਲ ਫੂਲਨ ਦੇਵੀ ਦੀ ਕਰਦੀਆਂ। ਬੇਅਕਲੇ ਔਰਤ ਤੈਨੂੰ ਬੇਅਕਲੇ ਤੈਨੂੰ ਹੁਣ ਕੀ ਕਮਾ ਤੈਨੂੰ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਤੁਸੀਂ ਸੁਨੀਲ ਜਾਖੜ ਦੇ ਨਾਲ ਰਾਲ ਕੇ ਜਿਹੜੀ ਤੁਸੀਂ ਫਿਲਮ ਬਣਾਈ ਆ ਅਸੀਂ ਬੇਵਕੂਫ ਆ ਸਾਡੇ ਤਾਂ ਇੱਕ ਵਾਰੀ ਇੱਥੇ ਦਿਮਾਗ ਦੇ ਵਿੱਚ ਆ ਜਵੇ ਨਾ ਅਸੀਂ ਤਾਂ ਉਹ ਕੌਮ ਆ ਦਰਦ ਦੇਖ ਦਰਦ ਜਿਹੜਾ ਬ੍ਰਾਹਮਣ ਸਮਾਜ ਨੂੰ ਦਰਦ ਦਿੰਦਾ ਸੀ ਨਾ ਤੁਹਾਨੂੰ ਦਰਦ ਦਿੰਦਾ ਸੀ ਦੁੱਖ ਸਾਨੂੰ ਹੁੰਦਾ ਸੀ ਤੁਹਾਨੂੰ ਦੁੱਖ ਦਿੰਦਾ ਸੀ ਦਰਦ ਸਾਨੂੰ ਹੁੰਦਾ ਸੀ ਧਾੜੀਆਂ ਧੀਆਂ ਪੈਣਾ ਮੰਦਰਾ ਚਦਾਰ ਕਰਵਾ ਸੀ ਦੁੱਖ ਸਾਨੂੰ ਹੁੰਦਾ ਸੀ ਉਪਦੇਸ਼ ਚੋਂ ਵਰਨਾਂ ਨੂੰ ਸਾਂਝਾ ਗੁਰੂ ਰਬਦਾਸ ਮਹਾਰਾਜ ਨੇ ਧਿਆਨ ਨੂੰ ਵਰਣ ਵੰਡ ਦੇ ਵਿੱਚ ਰਹਿ ਕੇ ਸਮਝਾਇਆ ਕਿ ਤੁਸੀਂ ਵਰਣ ਵੰਡ ਚ ਵੰਡੇ ਹੋਏ ਸ਼ਰਮ ਕਰੋ ਅੰਦਰ ਸ਼ਬਦ ਲਿਖੇ ਹੋਏ ਆ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਪੂਜਣ ਵਾਸਤੇ ਨਹੀਂ ਅਕਲ ਲੈਣ ਵਾਸਤੇ ਆ ਨੀਰੂ ਬਾਜਵਾ ਧਿਆਨ ਨਾਲ ਸੁਣ ਲਾ ਇੱਕ ਬਾਜਵਾ ਕੁੱਤੇ ਕਿਸਮ ਦਾ ਬੰਦਾ ਇੰਗਲੈਂਡ ਚ ਬੋਲਦਾ ਸੀ ਉਹਦਾ ਬੂਥਾ ਬੰਦ ਕਰਾਇਆ ਤੁਹਾਡੇ ਜਿਹੜੇ ਲਖਾਰੀ ਆ ਲਿਖਣ ਵਾਲੇ ਸਾਨੂੰ ਪਤਾ ਕਿਦਾਂ ਦੇ ਗਾਣੇ ਲਿਖਦੇ ਰਹੇ ਆ ਜੇ ਅਸੀਂ ਐਕਟਰ ਬਣਾ ਲੱਗ ਪਏ ਸਾਡੇ ਲੋਗ ਐਕਟਰ ਪੁਣਾ ਕਰਨ ਲੱਗ ਪਏ ਤੇ ਯਾਦ ਰੱਖ ਲਿਓ ਕਹਾਣੀਆਂ ਨਹੀਂ ਮੁਕਣੀਆਂ ਨੀਰੂ ਬਾਜਵਾ ਧਿਆਨ ਨਾਲ ਸੁਣ ਲਾ ਜਗਦੀਪ ਬੜਿੰਗ ਤੁਸੀਂ ਧਿਆਨ ਨਾਲ ਸੁਣ ਲਾ ਮੈਂ ਨੰਗੇ ਕਰ ਦੂੰਗਾ ਸਾਬਦ ਕਰ ਦੂੰਗਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਿ ਦਾਸੀ ਪੁੱਤਰ ਹੋ ਤੁਸੀਂ ਫਿਰ ਮੈਂ ਕਹਿ ਰਿਹਾ ਜੇ ਗਰੀਬ ਨੇ ਕਲਮ ਚੱਕ ਲਈ ਹੈ ਨਾ ਸੁਣ ਲਾ ਧਿਆਨ ਦੇ ਨਾਲ ਫਿਰ ਵੀ ਇੱਕ ਵਾਰੀ ਜਿਹੜੇ ਪ੍ਰੈਕਟੀਕਲ ਕੀਤਾ ਹੋਇਆ ਜ਼ਿੰਦਗੀ ਦਾ ਜੇ ਗਰੀਬ ਨੇ ਕਲਮ ਚੱਕ ਲਈ ਨਵੀਂ ਤੋਂ ਨਵੀਂ ਸਟੋਰੀ ਆਊਗੀ ਪਰ ਸਾਡਾ ਰਸਤਾ ਇਹ ਨਹੀਂ ਸੋਲ ਲੋ ਧਿਆਨ ਦੇ ਨਾਲ ਮੈਂ ਦਾਸੀ ਪੁੱਤਰ ਕਿਦਾਂ ਸਾਬਦ ਕਰੂੰਗਾ ਤੈਨੂੰ ਤੈਨੂੰ ਦਿਮਾਗ ਚ ਆ ਜਾਵੇ ਤੁਹਾਡੇ ਕੁਝ ਇੱਕ ਅੱਖਰ ਜੋ ਗੁਰਮਖ ਜਪੇ ਤੁਸੀਂ ਨਾ ਇੱਕ ਅੱਖਰ ਨੂੰ ਜਪਿਆ ਨਾ ਤੁਸੀਂ ਗੁਰਮਖ ਬਣ ਸਕਿਆ ਤੁਸੀਂ ਸਿਰਫ ਪੱਗਾਂ ਦੇ ਵਿੱਚ ਸਿਰ ਫਸਾ ਕੇ ਤੁਰੇ ਫਿਰਦੇ ਹੋ ਜਿਹੜੀ ਬੂਹੇ ਵਾਰੀਆਂ ਫਿਰਮ ਬਣਾਈ ਆ ਉਸ ਫਿਲਮ ਦੀ ਸਟੋਰੀ ਲਿਖਣ ਵਾਲੇ ਨੇ ਉਸ ਫਿਲਮ ਦੀ ਸਟੋਰੀ ਲਿਖਣ ਵਾਲੇ ਨੇ ਔਰ ਐਕਟਿੰਗ ਕਰਨ ਵਾਲਿਆਂ ਦੇ ਵੀ ਦਿਮਾਗ 'ਚ ਨਹੀਂ ਆਈ ਕਿ ਜਿਹੜਾ ਇਹ ਸੀ ਕੰਮ ਕਰਨ ਜਾ ਰਹੇ ਆ ਸਤਗੁਰੂ ਅਰਵਦਾਸ ਮਹਾਰਾਜ ਦੀ ਤਸਵੀਰ ਲਾ ਕੇ ਉਸ ਲੜਕੀ ਨੂੰ ਉਸ ਲੜਕੀ ਨੂੰ ਬੇਇੱਜ਼ਤ ਕੀਤਾ ਗਿਆ ਸਤਗੁਰੂ ਅਰਵਦਾਸ ਮਹਾਰਾਜ ਦੀ ਤਸਵੀਰ ਲਾ ਕੇ ਉਸ ਲੜਕੀ ਨੂੰ ਬੇ ਇੱਜਤ ਕੀਤਾ ਗਿਆ ਕਿਹੜੇ ਜੱਟ ਜੱਟ ਸਮਾਜ ਵਲੋਂ ਧਿਆਨ ਨਾਲ ਸੁਣ ਲਓ ਕਿਹੜੇ ਨੇ ਉਹ ਲੋਗ ਸਟੋਰੀ ਲਿਖਣ ਵਾਲਾ ਕੌਣ ਹੈ ਜੀ ਜਗਦੀਪ ਬੜੰਗ ਕੋਈ ਬੜੰਗ ਆ ਰਾਜਾ ਬੜੰਗ ਹੋ ਗਿਆ ਜਗਦੀਪ ਇਹਨਾਂ ਦੇ ਸਾਰੇ ਦੇ ਕੰਮ ਪੁੱਠੇ ਦੁਆਨੀ ਦੀ ਅਕਲ ਨਹੀਂ ਇੱਕ ਆੜਾ ਬਾਜਵਾ ਆ ਇੱਕ ਬਾਜਵਾ ਇੰਗਲੈਂਡ 'ਚ ਬੈਠਾ ਇੱਕ ਬਾਜਵਾ ਇੰਗਲੈਂਡ 'ਚ ਬੈਠਾ ਇੱਕ ਨੀਰੂ ਬਾਜਵਾ ਆ ਜਿਹੜੀ ਨੀਰੂ ਆ ਆਪਣੇ ਆਪ ਨੂੰ ਪੰਜਾਬੀ ਦੀ ਠੀਕ ਹਾਂਦੀ ਆ ਤੇ ਅਕਨੋਂ ਖਾਲੀ ਇੱਥੋਂ ਔਰ ਮੈਨੂੰ ਇਹ ਵੀ ਪਤਾ ਲੱਗਾ ਵੀ ਜਿੰਨੇ ਵੀ ਜਿੰਨੇ ਵੀ ਐਕਟਰ ਆ ਉਹਦੇ ਵਿੱਚ ਸਾਰੇ ਜੱਟ ਸਮਾਜ ਹੀ ਆ ਇਹਦਾ ਮਤਵਲ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਇੱਕ ਗੱਲ ਧਿਆਨ ਨਾਲ ਸੁਣ ਲਿਓ ਸਾਰੇ ਜਣੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਸਮਾਜ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਚਾਹੇ ਬ੍ਰਾਹਮਣ ਆ ਚਾਹੇ ਖੱਤਰੀਆ ਚਾਹੇ ਮੁਸਲਮਾਨ ਆ ਤਿਆਰ ਰੱਖ ਲਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜਾ ਸਾਰਿਆਂ ਦੀ ਇਹਦਾ ਮਤਵਲ ਸਾਨੂੰ ਸਾਰਿਆਂ ਦੀ ਇੱਜ਼ਤ ਕਰਨੀ ਪੈਣੀ ਆ ਤੇ ਇੱਜ਼ਤ ਰੱਖਣੀ ਪੈਣੀ ਆ ਇੱਜ਼ਤਾਂ ਦੇ ਰਖਵਾਲੇ ਐਵੇਂ ਨਹੀਂ ਬਣੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਸਾਰੇ ਹੀ ਸੀ ਹਾਂ ਜੇ ਤੁਸੀਂ ਉਹ ਜਮਾਨਾ ਗਿਆ ਬੱਬੂ ਮਾਨ ਜੀ ਗਾਣੇ ਗਾਉਂਦੇ ਹੁੰਦੇ ਸੀ ਬੱਬੂ ਮਾਨ ਜੀ ਸਟੋਰੀਆਂ ਲਿਖਦੇ ਹੁੰਦੇ ਸੀ ਉਹ ਜਮਾਨਾ ਗਿਆ ਦੁੱਧ ਪਲਾਵਾ ਮਾਂ ਲੈਚੀਆਂ ਵਾਲਾ ਪਿਛਲੀ ਗਲੀ ਦੇ ਵਿੱਚ ਆ ਜਾ ਸੋਹਣਿਆ ਸੌਂ ਗਏ ਪਿੰਡ ਦੇ ਸਾਰੇ ਲੋਕ ਪਾਗਲ ਨਹੀਂ ਹੈਗੇ ਤੁਹਾਡੇ ਵਰਗੇ ਗੁੰਡਿਆਂ ਦੀ ਤੁਹਾਡੇ ਵਰਗੇ ਪੰਜਾਬ ਦੇ ਵਿੱਚ ਜਿਹੜੇ ਐਕਟਰ ਆ ਤੁਹਾਡੇ ਵਰਗੇ ਗੁੰਡਿਆਂ ਦੀ ਸੁਰਤ ਨੂੰ ਸੋਚ ਨੂੰ ਗੰਦੀ ਸੋਚ ਨੂੰ ਨੱਥ ਪਾਉਣਾ ਜਾਣਦੇ ਨੇ ਹੁਣ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮਾਜ ਆ ਨੀਰੂ ਬਾਜਵਾ ਧਿਆਨ ਨਾਲ ਸੁਣ ਲੈ ਜਗਦੀਪ ਬੜਿੰਗ ਤੁਸੀਂ ਧਿਆਨ ਨਾਲ ਸੁਣ ਲੈ ਮੈਂ ਨੰਗੇ ਕਰ ਦਊਗਾ ਸ਼ਾਮਤ ਕਰ ਦੂੰਗਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਿ ਦਾਸੀ ਪੁੱਤਰ ਹੋ ਤੁਸੀਂ ਕਰਾਂ ਸਾਥ ਸੁਨਾਵਾ ਸ਼ਬਦ ਸ਼ੁਰੂ ਕਰਾਂ ਗੁਰੂ ਨਾਨਕ ਦੀ ਬਾਣੀ ਸੁਣਾਉਂਗਾ ਬਾਹਰ ਨਹੀਂ ਸੁਣਾਉਣਾ ਸੁਣੋ ਧਿਆਨ ਦੇ ਨਾਲ ਇੱਕ ਅੱਖਰ ਮੇਰੇ ਦਿਮਾਗ 'ਚ ਇੱਕ ਅੱਖਰ ਚੱਲਦਾ ਜਿਹੜਾ ਨਾਨਕ ਨੇ ਪੜਿਆ ਅੱਖਰ ਲਿਖੇ ਸਹੀ ਗਾਵਾਂ ਜਿਹੜੇ ਨਾਨਕ ਅੱਖਰ ਲਗਾਉਂਦਾ ਸੀ ਮੈਂ ਉਹ ਗਾਵਾਂ ਦੂਜਾ ਅੱਖਰ ਬਾਹਰ ਨਹੀਂ ਗਾਉਂਦਾ ਮੈਂ ਇੱਕ ਅੱਖਰ ਜੋ ਗੁਰਮਖ ਘੱਪੇ ਮੈਂ ਇੱਕ ਅੱਖਰ ਨੂੰ ਜਪਦਾ ਇੱਕੋ ਹੀ ਅੱਖਰ ਨੂੰ ਉਹ ਅੱਖਰ ਸਾਰਿਆਂ ਦੇ ਲੱਗਾ ਹੋਇਆ ਸਾਰਿਆਂ ਦਾ ਹੀ ਚਾਹੇ ਮੁਸਲਮਾਨ ਆ ਚਾਹੇ ਮੁਸਲਮਾਨ ਆ ਚਾਹੇ ਸਾਈ ਆ ਚਾਹੇ ਉਹ ਹਿੰਦੂ ਆ ਚਾਹੇ ਬ੍ਰਾਹਮਣ ਆ ਚਾਹੇ ਉਹ ਜਾਟ ਆ ਚਾਹੇ ਚਮਾਰ ਆ ਚਾਹੇ ਨਾਈ ਆ ਚਾਹੇ ਖੱਤਰੀਆ ਚਾਹੇ ਝੀਰਾ ਚਾਹੇ ਸ਼ੀਂਬਾ ਚਾਹੇ ਗੁਜਰੇ ਚਾਹੇ ਜਿੰਨੇ ਵੀ ਸਮਾਜ ਨੇ ਸਾਰਿਆਂ ਦੇ ਅੱਖਰ ਲੱਗਾ ਹੋਇਆ ਉਹਨੂੰ ਕਹਿੰਦੇ ਨੇ ਊੜਾ ਇਹ ਊੜਾ ਸਾਰਿਆਂ ਦੇ ਲੱਗਾ ਸੀ ਸਾਡਾ ਸਾਰਿਆਂ ਦੇ ਲੱਗਾ ਹੋਇਆ ਔਰ ਮੈਂ ਸਾਰੇ ਸਮਾਜਾਂ ਦੀ ਇੱਜ਼ਤ ਕਰਦਾ ਜੇ ਕੋਈ ਕਿਸੇ ਵੀ ਸਮਾਜ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰੂਗਾ ਚਾਹੇ ਉਹ ਧੀਪੈਣ ਜੱਟ ਦੀ ਹੋਵੇ ਤਾਂ ਚਾਹੇ ਹੋਵੇ ਚਮਾਰ ਦੀ ਚਾਹੇ ਹੋਵੇ ਨਾਈ ਦੀ ਚਾਹੇ ਹੋ ਕਿਸੇ ਦੀ ਵੀ ਧੀਪੈਣ ਹੋਵੇ ਜਿਹੜਾ ਮਨੁੱਖ ਵੀ ਇਸ ਕਰਕੇ ਮੈਂ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਜ ਮੀਰੂ ਬਾਜਵਾ ਧਿਆਨ ਨਾਲ ਸੁਣ ਲਾ ਇੱਕ ਬਾਜਵਾ ਕੁੱਤੇ ਕਿਸਮ ਦਾ ਬੰਦਾ ਇੰਗਲੈਂਡ ਚ ਬੋਲਦਾ ਸੀ ਉਹਦਾ ਬੂਥਾ ਬੰਦ ਕਰਾਇਆ ਤੁਹਾਡੇ ਜਿਹੜੇ ਲਖਾਰੀ ਆ ਲਿਖਣ ਵਾਲੇ ਸਾਨੂੰ ਪਤਾ ਕਿਦਾਂ ਦੇ ਗਾਣੇ ਰਖਦੇ ਰਹੇ ਆ ਜੇ ਅਸੀਂ ਐਕਟਰ ਬਣਨ ਲੱਗ ਪਏ ਸਾਡੇ ਲੋਗ ਐਕਟਰ ਪੁਣਾ ਕਰਨ ਲੱਗ ਪਏ ਤੇ ਯਾਦ ਰੱਖ ਲਿਓ ਕਹਾਣੀਆਂ ਨਹੀਂ ਮੁਕੜੀਆਂ ਜੈ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਸ਼ਾ ਪਾਰਤ ਨਮੇ ਅਦਾ ਅਸਲਾਮ ਅਲੈਕਮ ਰਾਮ ਰਾਮ ਜੈ ਬਾਲਮਿਕੀ ਹਰ ਹਰ ਬਾਲਮੀਕੀ ਕਿ ਜਿਹੜੀ ਬੂਹੇ ਵਾਰੀਆਂ ਫਿਲਮ ਆ ਉਹਦੇ ਉੱਤੇ ਕਾਫੀ ਗੁਰੂ ਦੇ ਸਿੱਖਾਂ ਨੇ ਉਹ ਮੈਂ ਲਿਖਾਇਆ ਸ਼ਾਇਦ ਤੁਸੀਂ ਪੜਿਆ ਵੀ ਹੋਣਾ ਸਾਰਿਆਂ ਨੇ ਕਿਉਂਕਿ ਕੁਝ ਲੋਕ ਫਿਰ ਸਾਨੂੰ ਇਸ ਤਰ੍ਹਾਂ ਕਹਿਣ ਲੱਗ ਪੈਂਦੇ ਆ ਜੀ ਇਹ ਤਾਂ ਐਦਾਂ ਕਰਦੇ ਨੇ ਇਹ ਤਾਂ ਆਪਣੀ ਜਾਤ ਥੋਪਦੇ ਨੇ ਆਪਣੀ ਜਾਤ ਇਹਨਾਂ ਨੇ ਮੋਹਰੇ ਰੱਖੀ ਹੋਈ ਆ ਅਸੀਂ ਜਾਤ ਮੋਹਰੇ ਰੱਖ ਕੇ ਗੱਲ ਨਹੀਂ ਕਰਦੇ ਧਿਆਨ ਨਾਲ ਸੁਣਿਓ ਮੈਂ ਕੀ ਲਿਖਿਆ ਉਸ ਪੋਸਟ ਤੇ ਲਿਖੀ ਆ ਪੋਸਟ ਲਿਖੀ ਜਿਹੜੀ ਆਪਾਂ ਪੰਜਾਬ ਪੰਜਾਬੀ ਫਿਲਮ ਬੂਹੇ ਵਾਰੀਆਂ ਦੇ ਨਾਲ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਜ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਜ ਆ ਅਰੇ ਸਮਝ ਅਸੀਂ ਇਹ ਨਹੀਂ ਲਿਖਿਆ ਸਾਡੇ ਸਮਾਜ ਨੂੰ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਜ ਨੂੰ ਨੀਚ ਦਿਖਾ ਦਿਖਾਇਆ ਜਾ ਰਿਹਾ ਹੈ